ਵੀਰਾਨਗਰ ਦੇ ਵਾਰਡ ਨੰਬਰ 12 ਦੇ ਮੁਹੱਲਾ ਨਾਨਕ ਨਗਰ ਵਿਖੇ ਉਸ ਸਮੇਂ ਖਾਸਾ ਹੰਗਾਮਾ ਹੋਇਆ ਜਦੋਂ ਨਗਰ ਕੌਂਸਲ ਦੀਨਾਨਗਰ ਦੇ ਆਲਾ ਅਧਿਕਾਰੀ ਦੇ 2 ਦਰਜਨ ਦੇ ਕਰੀਬ ਕਰਮਚਾਰੀਆਂ ਸਹਿਤ ਇੱਕ ਮੁਹੱਲਾ ਵਾਸੀ ਵੱਲੋਂ ਕੀਤੇ ਗਏ ਨਿਰਮਾਣ ਨੂੰ ਢਾਉਣ ਲਈ ਆਤਮਕੇ ਜਿਸ ਦੀ ਪਿਣਕ ਲੱਗਦਿਆਂ ਹੀ ਸਬੰਧਿਤ ਪਰਿਵਾਰ ਵੱਲੋਂ ਨਗਰ ਕੌਂਸਲ ਦੇ ਅਧਿਕਾਰੀ ਦੀ ਖਾਸੀ ਮੁਖਾਲਫਤ ਕੀਤੀ ਗਈ। ਅਧਿਕਾਰੀਆਂ ਮੁਤਾਬਕ ਪਰਿਵਾਰ ਵੱਲੋਂ ਨਾਲੀ ਵਿੱਚ ਪਾਈਪਾਂ ਦਾ ਗਲਤ ਨਿਰਮਾਣ ਕਰਵਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਕਾਰਵਾਈ ਹਿੱਤ ਆਏ ਸਨ ਪਰ ਵਿਰੋਧਤਾ ਦੇ ਚੱਲਦੇ ਉਹਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਉਧਰ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ।